ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡਾ ਪੰਜਾਬ ਟੀ ਵੀ 'ਤੇ ਆਏ ਸਾਰੇ ਹੀ ਸੱਜਣ ਅਤੇ ਮਿੱਤਰਾਂ ਦਾ ਸਵਾਗਤ ਕਰਦੇ ਹਾਂ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦਬਣਾ ਨਾ ਭੁੱਲ। ਕਰੋਨਾ ਦੀ ਮਹਾਂਮਾਰੀ ਦੇ ਚੱਲਦੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਤਾਲਾਬੰਦੀ ਜਾਣੀ ਕਿ ਲੋਕਡਾਊਨ ਲੱਗਿਆ ਹੋਇਆ ਹੈ। ਲੋਕਡਾਊਨ ਵਿੱਚ ਬਹੁਤ ਸਾਰੇ ਪਰਿਵਾਰ ਨੂੰ ਕੰਮ ਨਾ ਮਿਲਣ ਕਾਰਨ ਲੋਕ ਘਰ ਭੁੱਖੇ ਬੈਠੇ ਹਨ। ਇਹਨਾਂ ਗਰੀਬ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ, ਇੱਕ ਵੈਬਸਾਈਟ ਜਾਰੀ ਕੀਤੀ ਹੈ। ਇਸ ਵੈਬਸਾਈਟ 'ਤੇ ਜਾ ਕੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ, ਇਸ ਤੋਂ ਬਾਅਦ ਕਿਸੇ ਗੌਰਮੈਂਟ ਡਿਪਾਰਟਮੈਂਟ ਦੁਆਰਾ ਇਹ ਰਾਸ਼ਨ ਮੁਹੱਈਆ ਕਰਵਾਇਆ ਜਾਏਗਾ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਫਾਰਮ ਭਰਨਾ ਹੈ, ਇਸ ਦੀ ਕਿਵੇਂ ਰਜਿਸਟ੍ਰੇਸ਼ਨ ਹੁੰਦੀ ਹੈ। ਇਸ ਵੀਡੀਓ ਦਾ ਹੈ ਜਿਹੜਾ ਆਪਾਂ ਭਰਨਾ ਆ ਰਾਸ਼ਨ ਦੇ ਲਈ। ਹੁਣ ਮੈਂ ਤੁਹਾਨੂੰ ਇੱਕ ਇੱਕ ਕਰਕੇ ਡਿਟੇਲ ਦੱਸੂੰ ਵੀ ਕਿੱਥੇ ਕੀ ਭਰਿਆ ਜਾਣਾ ਹੈ। ਉਸ ਤੋਂ ਪਹਿਲਾਂ ਆਪਸ਼ਨ ਹੈ ਇੱਥੇ ਨੇਮ ਹੈ, ਆਪਾਂ ਇੱਥੇ ਨੇਮ ਭਰਾਂਗੇ ਆਪਣਾ ਨਾਮ ਕੀ ਹੈ। ਉਸ ਤੋਂ ਬਾਅਦ ਆਪਾਂ ਫੋਨ ਨੰਬਰ ਭਰਾਂਗੇ ਇੱਥੇ ਜਿਹੜਾ ਚੱਲਦਾ ਹੋਵੇ ਅਤੇ ਤੁਹਾਡੇ ਕੋਲ ਜਿਹੜਾ ਫੋਨ ਹੋਵੇ ਨੰਬਰ ਹੋਵੇ ਫੋਨ 'ਚ ਨੰਬਰ ਹੋਵੇ। ਉਸ ਤੋਂ ਬਾਅਦ ਉਹ ਨੰਬਰ 'ਤੇ ਇੱਕ OTP ਆਊਗਾ 6 ਅੱਖਰਾਂ ਦਾ। ਇੱਥੇ OTP ਆਉਣ ਤੋਂ ਬਾਅਦ ਇੱਥੇ ਤੁਸੀਂ OTP ਭਰਨਾ ਹੈ, ਉਸ ਤੋਂ ਬਾਅਦ ਤੁਸੀਂ ਸਬਮਿਟ ਕਰਨਾ ਹੈ। ਤਾਂ ਸਬਮਿਟ ਕਰਨ ਤੋਂ ਬਾਅਦ ਉਹ ਜਦੋਂ ਗ੍ਰੀਨ ਕਲਰ ਦਾ ਹਰੇ ਰੰਗ ਦਾ ਹੋ ਜਾਣਾ ਤਾਂ ਸਮਝ ਲਓ ਤੁਹਾਡਾ ਸਹੀ ਹੈ ਨੰਬਰ। ਉਸ ਤੋਂ ਬਾਅਦ ਆਧਾਰ ਕਾਰਡ ਭਰਨਾ ਹੈ, ਇੱਥੇ ਜਿਹੜਾ ਆਧਾਰ ਕਾਰਡ 'ਤੇ ਤੁਹਾਡਾ ਨੰਬਰ ਹੈ ਆਧਾਰ ਕਾਰਡ ਨੰਬਰ। ਉਸ ਤੋਂ ਬਾਅਦ ਇੱਥੇ ਡਿਸਟ੍ਰਿਕਟ ਭਰਨਾ ਹੈ, ਇੱਥੇ ਤੁਸੀਂ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਆਪਣੀ ਵੀ ਕਿਹੜੀ ਡਿਸਟ੍ਰਿਕਟ ਹੈ ਤੁਹਾਡੀ, ਉਸ ਤੋਂ ਪੁਲਿਸ ਥਾਣਾ ਕਿਹੜਾ ਤੁਹਾਡੇ ਨਜ਼ਦੀਕ ਕਿਹੜਾ ਲੱਗਦਾ ਹੈ ਉਹ ਭਰਨਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਭਰਨਾ ਹੈ, ਇੱਥੇ ਤੁਸੀਂ ਐਡਰੈਸ ਭਰਨਾ ਆਪਦਾ ਜਿਹੜਾ ਆਧਾਰ ਕਾਰਡ 'ਤੇ ਤੁਹਾਡਾ ਐਡਰੈਸ ਆ। ਉਸ ਤੋਂ ਬਾਅਦ ਇੱਥੇ ਤੁਹਾਡਾ ਆਪਣਾ ਪਿੰਡ ਭਰਨਾ ਹੈ, ਕਿੱਥੋਂ ਦੇ ਹੋ ਤੁਸੀਂ, ਪਿੰਡ ਦੇ ਹੋ ਸ਼ਹਿਰ ਦੇ ਹੋ ਕਿਸੇ, ਉੱਥੇ ਭਰਨਾ ਹੈ। ਉਸ ਤੋਂ ਬਾਅਦ ਤਹਿਸੀਲ ਤੁਹਾਨੂੰ ਨੇੜੇ ਕਿਹੜੀ ਤਹਿਸੀਲ ਲੱਗਦੀ, ਉਸ ਤੋਂ ਬਾਅਦ ਟਿੱਕ ਬਟਨ 'ਤੇ ਓਕੇ ਕਰਕੇ ਸਬਮਿਟ ਕਰ ਦਿਓ। ਇਸ 'ਤੇ ਤੁਹਾਨੂੰ ਜਲਦੀ ਤੋਂ ਜਲਦੀ ਕੋਈ ਨਾ ਕੋਈ ਇਨਫੋਰਮੇਸ਼ਨ ਮਿਲ ਜਾਣੀ ਹੈ, ਕਿਸੇ ਸਰਕਾਰੀ ਡਿਪਾਰਟਮੈਂਟ ਦੁਆਰਾ ਤੁਹਾਨੂੰ ਕੋਈ ਨੋਟੀਫਿਕੇਸ਼ਨ ਮਿਲ ਜਾਣੀ ਹੈ। ਇਸ ਵੈਬਸਾਈਟ ਦਾ ਲਿੰਕ ਮੈਂ ਆਪਣੀ ਡਿਸਕ੍ਰਿਪਸ਼ਨ ਬੋਕਸ ਦਿੱਤਾ ਹੋਇਆ, ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਅਤੇ ਤਾਂ ਅੱਗੇ ਲਈ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦਬਣਾ ਨਾ ਭੁੱਲਣਾ।